ਜਿਵੇਂ ਭੁੱਲਰ ਸਾਹਿਬ ਕਹਿ ਰਹੇ ਨੇ ਕਿ ਇੱਕ ਬੱਸ ਦੇ ਵਿੱਚ ਜਿਹਦੀ ਬੱਸ ਦਾ ਉਹਨਾਂ ਨੇ ਚਲਾਨ ਕੱਟਿਆ ਸੀ, ਸਲੀਪਰ ਬੱਸ ਸੀ ਕਿ ਉਹਦੇ ਵਿੱਚ 150 ਸਵਾਰੀ ਸੀ, ਕੋਈ ਘਟਨਾ ਵਾਪਰ ਜਾਂਦੀ, ਕੌਣ ਜ਼ਿੰਮੇਵਾਰ ਸੀ ਇਸ 'ਤੇ? ਕੀ ਕਹਿਣਾ ਵੀ 150 ਸਵਾਰੀ ਹੈ ਜਿਹੜੀ ਬੱਸ ਦੇ ਵਿੱਚ ਬੈਠ ਸਕਦੀ? 52 ਸੀਟਡ ਗੱਡੀ ਹੈਗੀ ਜੀ, ਜ਼ੋਰ ਮਾਰ ਕੇ 80 ਤੋਂ 90 ਸਵਾਰੀਆਂ ਜਿਹੜੀਆਂ ਉਹ ਸਾਡੀਆਂ ਗੱਡੀਆਂ ਦੇ ਵਿੱਚ ਵੜ ਸਕਦੀਆਂ ਨੇਗੀਆਂ ਜੀ, ਠੀਕ ਹੈ ਜੀ। 150 ਸਵਾਰੀ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ। ਅਸੀਂ ਖੜੇ ਹਾਂ ਸਰੂਰ ਦੇ ਬੱਸ ਸਟੈਂਡ ਦੇ ਵਿੱਚ। ਕੱਲ੍ਹ 26 ਜਨਵਰੀ ਸੀ, ਗਣਤੰਤਰ ਦਿਵਸ ਸੀ, ਉਹਦੇ ਉੱਤੇ ਜਿਹੜਾ ਝੰਡਾ ਲਹਿਰਾਉਣ ਦੇ ਲਈ ਜਿਹੜੇ ਟਰਾਂਸਪੋਰਟ ਮੰਤਰੀ ਸੀ ਲਾਲਜੀਤ ਭੁੱਲਰ ਇੱਥੇ ਪਹੁੰਚੇ ਸਨ। ਅਸੀਂ ਉਹਨਾਂ ਨੂੰ ਸਵਾਲ ਕੀਤੇ ਸੀ ਕਿ ਭੁੱਲਰ ਸਾਹਿਬ, ਤੁਹਾਡੇ ਬਿਆਨ ਤੋਂ ਬਾਅਦ ਜਿਹੜੀ ਬੱਸਾਂ ਅੱਡਿਆਂ ਦੇ ਵਿੱਚ ਸਵਾਰੀਆਂ ਨੇ, ਜਿਹੜੇ ਆਮ ਲੋਕ ਨੇ, ਉਹ ਜਿਹੜੇ ਖੱਜਲ ਖੁਆਰ ਹੋ ਰਹੇ ਨੇ, ਕਿਉਂਕਿ ਜੇ ਇੱਕ ਬੱਸ ਦੇ ਵਿੱਚ ਜਿਹੜੀ ਸਰਕਾਰੀ ਬੱਸਾਂ ਨੇ, ਭਾਵੇਂ PRTC ਹੋਵੇ, ਭਾਵੇਂ ਪਨਸਬ ਦੀ ਬੱਸ ਹੋਵੇ, ਭਾਵੇਂ ਰੋਡਵੇਜ਼ ਦੀ ਬੱਸ ਹੋਵੇ, ਉਹਦੇ ਵਿੱਚ 52 ਸਵਾਰੀਆਂ ਦੇ ਵਿੱਚੋਂ ਵੱਧ ਨਹੀਂ ਬੈਠੂਗਾ। ਦੂਜੇ ਪਾਸੇ ਸਰਕਾਰ ਨੇ ਸਕੀਮ ਚਲਾਈ ਹੋਈ ਹੈ ਕਿ ਤੁਸੀਂ ਵੀ ਜਿਹੜਾ ਫ੍ਰੀ ਸਫ਼ਰ ਹੈ, ਜਿਹੜਾ ਲੇਡੀਜ਼ ਨੂੰ ਫ੍ਰੀ ਸਫ਼ਰ ਕੀਤਾ ਹੋਇਆ, ਅਤੇ ਹੁਣ ਤੁਸੀਂ ਦੇਖੋ ਕਿ ਕਿਵੇਂ ਲੋਕ ਨੇ ਜਿਹੜੇ ਇਸ ਜਿਹੜਾ ਬੱਸ ਸਟੈਂਡ ਸੰਗਰੂਰ ਹੈ, CM ਦਾ ਹਲਕਾ ਜਿਹੜਾ ਉੱਥੇ ਦੇਖੋ ਤੁਸੀਂ, ਮੈਂ ਕੈਮਰਾ ਪਰਸਨ ਕੋਲ ਕੇ ਤਸਵੀਰਾਂ ਜ਼ਰੂਰ ਦਿਖਾਵੇ ਕਿ ਲੋਕਾਂ ਦੀਆਂ ਕਿਵੇਂ ਭੀੜਾਂ ਲੱਗੀਆਂ ਨੇ। ਦੂਜੇ ਪਾਸੇ ਜੇ ਗੱਲ ਕੀਤੀ ਜਾਵੇ, ਇੱਕ ਪਾਸੇ 52 ਸਵਾਰੀਆਂ ਨਾ ਬਿਠਾਉਣ ਦੀ ਗੱਲ ਕੀਤੀ ਜਾਂਦੀ ਹੈ, ਦੂਜੇ ਪਾਸੇ ਜਿਹੜੀ ਬੱਸਾਂ ਦੀ ਗਿਣਤੀ ਸੀ ਉਹ ਬਿਲਕੁਲ ਨਹੀਂ ਵਧਾਈ ਗਈ। ਜੇਕਰ ਤੁਸੀਂ ਨੇ ਜਿਹੜੀ ਸਵਾਰੀਆਂ 52 ਬਿਠਾਉਣੀਆਂ ਨੇ ਤਾਂ ਹਰ 1-1.5 ਮਿੰਟ ਤੋਂ ਬਾਅਦ ਇੱਕ ਬੱਸ ਨਵੀਂ ਲੱਗਣੀ ਚਾਹੀਦੀ ਹੈ ਤਾਂ ਕਿ ਲੋਕ ਨੇ ਜਿਹੜੇ ਇੱਥੇ ਹੈਰਾਨ ਨਾ ਹੋ ਸਕਣ। ਅਸੀਂ ਗੱਲ ਕਰਦੇ ਹਾਂ, ਕੀ ਨਾਮ ਹੈ ਜੀ ਤੁਹਾਡਾ? ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ, ਮੰਤਰੀ ਦਾ ਬਿਆਨ ਆਇਆ ਕਿ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਉਣੀਆਂ, ਪਰ ਕੱਲ੍ਹ ਕਹਿ ਗਏ ਨੇ ਕਿ 1-2 ਸਵਾਰੀਆਂ ਤੁਸੀਂ ਬਿਠਾ ਸਕਦੇ ਨੇ, ਜਾਣ ਬੁੱਝ ਕੇ ਇਸ ਗੱਲ ਦਾ ਇਸ਼ੂ ਬਣਾਇਆ ਜਾ ਰਿਹਾ? ਨਹੀਂ ਜੀ, ਬਿਲਕੁਲ ਵੀ ਨਹੀਂ ਜੀ। ਜਿੰਨੀਆਂ ਸੀਟਾਂ ਨੇ ਸੀਟਾਂ ਦੇ ਅਨੁਸਾਰ ਹੀ ਅਸੀਂ ਸਵਾਰੀ ਜਿਹੜੀ ਉਹ ਚੜਾਵਾਂਗੇ ਜੀ, ਉਹ ਵੀ ਜਿਹੜਾ ਹੈਗਾ ਉਹ ਵੀ ਇਲੀਗਲ ਹੋ ਜਾਏਗਾ ਜੀ, ਫਿਰ ਤਾਂ 1-2 ਬਿਠਾਉਣੀਆਂ ਨੇ ਭਰ ਵੀ ਸਾਥ ਦਿਆਂਗੇ ਜੀ। ਇਹ ਚੀਜ਼ ਤੋਂ ਤਾਂ ਅਸੀਂ ਪਹਿਲਾਂ ਹੀ ਨਜਾਤ ਪਾਉਣਾ ਚਾਹੁੰਦੇ ਹਾਂ, ਛੁਟਕਾਰਾ ਪਾਉਣਾ ਚਾਹੁੰਦੇ ਹਾਂਗੇ ਜੀ, ਵੀ ਜਿੰਨੀਆਂ ਸਵਾਰੀਆਂ ਨੇਗੀਆਂ ਸੀਟਾਂ ਨੇ ਗੱਡੀ ਦੇ ਵਿੱਚ ਉਨੀਆਂ ਹੀ ਸਵਾਰੀਆਂ ਜਿਹੜੀਆਂ ਉਹ ਬਿਠਾਈਆਂ ਜਾਣ ਜੀ ਗੱਡੀ ਦੇ ਵਿੱਚ। ਜਿਵੇਂ ਭੁੱਲਰ ਸਾਹਿਬ ਕਹਿ ਰਹੇ ਨੇ ਕਿ ਇੱਕ ਬੱਸ ਦੇ ਵਿੱਚ ਜਿਹਦੀ ਬੱਸ ਦਾ ਉਹਨਾਂ ਨੇ ਚਲਾਨ ਕੱਟਿਆ ਸੀ, ਸਲੀਪਰ ਬੱਸ ਸੀ ਕਿ ਉਹਦੇ ਵਿੱਚ 150 ਸਵਾਰੀ ਸੀ, ਕੋਈ ਘਟਨਾ ਵਾਪਰ ਜਾਂਦੀ, ਕੌਣ ਜ਼ਿੰਮੇਵਾਰ ਸੀ ਇਸ 'ਤੇ? ਕੀ ਕਹਿਣਾ ਵੀ 150 ਸਵਾਰੀ ਹੈ ਜਿਹੜੀ ਬੱਸ ਦੇ ਵਿੱਚ ਬੈਠ ਸਕਦੀ ਹੈ? ਨਹੀਂ ਜੀ, ਨਹੀਂ ਬਿਲਕੁਲ ਵੀ ਨਹੀਂ। 150 ਸਵਾਰੀ ਤਾਂ ਬਿਲਕੁਲ ਕਿਸੇ ਬੱਸ ਦੇ ਵਿੱਚ ਨਹੀਂ ਬੈਠ ਸਕਦੀ। 52 ਸੀਟਡ ਗੱਡੀ ਹੈਗੀ ਜੀ, ਜ਼ੋਰ ਮਾਰ ਕੇ 80 ਤੋਂ 90 ਸਵਾਰੀਆਂ ਜਿਹੜੀਆਂ ਉਹ ਸਾਡੀਆਂ ਗੱਡੀਆਂ ਦੇ ਵਿੱਚ ਵੜ ਸਕਦੀਆਂ ਨੇਗੀਆਂ ਜੀ, ਠੀਕ ਹੈ ਜੀ। 150 ਸਵਾਰੀ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ, ਅਤੇ ਉਹਦੀ ਵੀ ਜੋ ਕੋਈ ਘਟਨਾ ਹੁੰਦੀ ਹੈ, ਕੁਛ ਹੁੰਦਾ ਹੈਗਾ, ਉਹਦੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਡਰਾਈਵਰ ਜਾਂ ਕਨੈਕਟਰ ਦੇ ਉੱਤੇ ਹੀ ਪਾਈ ਜਾਂਦੀ ਹੈਗੀ। ਸਰਕਾਰ ਜਾਂ ਮੈਨੇਜਮੈਂਟ ਇਸ ਚੀਜ਼ ਦੀ ਕੋਈ ਵੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਹੀਂ ਲੈਂਦੀ ਹੈਗੀ। ਬਿਲਕੁਲ ਜੀ, ਤੁਸੀਂ ਸੁਣਿਆ ਕਿ ਇੱਕ ਬੱਸ ਦੇ ਵਿੱਚ ਜੇਕਰ ਪੂਰਾ ਜੇ ਕਹਿ ਸਕਦੇ ਹਾਂ ਕਿ ਇੱਕ ਪਾਸੇ 3 ਸੀਟਡ ਬੱਸ ਹੈ ਅਤੇ ਦੂਜੇ ਪਾਸੇ 2 ਸੀਟਾਂ ਨੇ, 2 ਸਵਾਰੀਆਂ ਬੈਠ ਸਕਦੀਆਂ ਨੇ, ਜੇਕਰ ਪੂਰੀ ਲਾਈਨ ਦੇ ਵਿੱਚ ਸਵਾਰੀਆਂ ਨੂੰ ਖੜਾ ਕੀਤਾ ਜਾਵੇ ਤਾਂ 80 ਤੋਂ 90 ਸਵਾਰੀਆਂ ਨੇ ਜਿਹੜੀਆਂ ਪੂਰੀ ਬੱਸ ਭਰ ਕੇ ਬੈਠਦੀਆਂ ਨੇ। ਪਰ ਜੇ ਗੱਲ ਕੀਤੀ ਜਾਵੇ ਕੈਬਨਿਟ ਮੰਤਰੀ ਸਾਹਿਬ ਨੂੰ, ਮੇਰੇ ਖਿਆਲ ਜਾਣਕਾਰੀ ਅਧੂਰੀ ਦਿੱਤੀ ਗਈ ਆ ਸਟਾਫ ਵੱਲੋਂ ਜਾਂ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕਾਨੂੰਨ ਬਣਾਉਣ ਦੇ ਲਈ ਬੰਦ ਕਮਰੇ ਦੇ ਵਿੱਚ ਕਾਨੂੰਨ ਬਣਾਏ ਗਏ ਨੇ ਕਿ ਉਹਦੇ ਵਿੱਚ ਬੱਸਾਂ ਦੇ ਵਿੱਚ ਜਿਹੜੀਆਂ ਸਵਾਰੀਆਂ ਨੇ ਕਿੰਨੀਆਂ ਬੈਠਦੀਆਂ ਨੇ। ਜੇ ਉਹਨਾਂ ਨੇ 150 ਦੀ ਗੱਲ ਕੀਤੀ ਆ, ਪਰ ਜਿਹੜੇ ਰੋਜ਼ ਬੱਸਾਂ ਦੇ ਨੂੰ ਪਰੇਡ ਕਰਦੇ ਨੇ ਉਹਨਾਂ ਦਾ ਕਹਿਣਾ ਕਿ 80 ਤੋਂ 90 ਸਵਾਰੀਆਂ ਨੇ ਜਿਹੜੀਆਂ ਉਹ ਬੱਸ ਦੇ ਵਿੱਚ ਬਹਿੰਦੀਆਂ ਨੇ, ਪਰ ਉਸ ਚੀਜ਼ ਬਿਆਨ ਦਾ ਜਿਹੜਾ ਖਮੈਜਾ ਆਮ ਪਬਲਿਕ ਨੂੰ ਭੁਗਤਣਾ ਪੈ ਰਿਹਾ। ਤੁਹਾਡਾ ਕੀ ਨਾਮ ਹੈ ਜੀ? ਕਰਮਜੀਤ ਸਿੰਘ ਜੀ। ਕਰਮਜੀਤ, ਕਿਵੇਂ ਦੇਖਦੇ ਹੋ ਤੁਸੀਂ ਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਉਣੀਆਂ, ਤੁਹਾਡੇ ਨਾਲ ਸਵਾਰੀਆਂ ਵੀ ਲੜਦੀਆਂ ਹੋਣੀਆਂ ਰੋਜ਼ਾਨਾ, ਪਰ ਦੂਜੇ ਪਾਸੇ ਮੰਤਰੀ ਜੀ ਆਪ ਬਿਆਨ ਦੇਣ ਤੋਂ ਭੱਜ ਰਹੇ ਨੇ ਅਤੇ ਕਹਿੰਦੇ ਨੇ ਉੱਦਾਂ 1-2 ਸਵਾਰੀਆਂ ਬਿਠਾ ਰਿਹਾ ਕਰੋ? ਨਹੀਂ, ਇਹ ਤਾਂ ਕਾਨੂੰਨ ਦੇ ਵਿੱਚ ਹੀ ਨਹੀਂ ਆ। ਜਿੰਨੇ ਗੱਡੀ ਸੀਟਰ ਪਾਸ ਆ ਅਸੀਂ ਉਨੀ ਹੀ ਸਵਾਰੀਆਂ ਲੈ ਕੇ ਜਾ ਰਹੇ ਹਾਂ ਜੀ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਹੀ ਆਪਣਾ ਕੰਮ ਕਰ ਰਹੇ ਹਾਂ ਜੀ। ਜਦੋਂ ਕੋਈ ਵੀ ਗੱਡੀ ਪਾਸ ਹੁੰਦੀ ਆ 48, 52, 62 ਜਿੰਨੇ ਸੀਟਰ ਗੱਡੀ ਪਾਸ ਆ ਅਸੀਂ ਉਨੀ ਹੀ ਕਾਨੂੰਨ ਦੇ ਵਿੱਚ ਰਹਿ ਕੇ ਸਵਾਰੀਆਂ ਲੈ ਕੇ ਜਾ ਰਹੇ ਹਾਂ ਜੀ।
ਜੇਕਰ ਮੰਤਰੀ ਸਾਹਿਬ ਨੇ ਵੈਸੇ ਹੀ ਬਿਆਨ ਦਿੱਤਾ ਕਿ ਇੱਕ ਦੋ ਸਵਾਰੀਆਂ ਬਿਠਾ ਲਿਆ ਕਰੋ ਕਿ ਉਹਨਾਂ ਦੀ ਪ੍ਰੋਬਲਮ ਸਮਝਣੀ ਚਾਹੀਦੀ, ਤੁਸੀਂ ਤੁਹਾਡਾ ਕੀ ਕਹਿਣਾ? ਕਿਉਂਕਿ ਇੱਕ ਪਾਸੇ ਬਿਆਨ ਦਿੱਤਾ ਹੋਇਆ ਕਿ ਓਵਰਲੋਡ ਦਾ ਚਲਾਣ ਹੋਊਗਾ, ਜੇ ਕੋਈ ਘਟਨਾ ਵਾਪਰਦੀ ਹੈ ਤਾਂ ਕਨੈਕਟਰ ਜਾਂ ਡਰਾਈਵਰ ਨੂੰ ਭੁਗਤਣਾ ਪਊਗਾ, ਅਤੇ ਇੱਕ ਪਾਸੇ ਕਹਿ ਰਹੇ ਨੇ ਇੱਕ ਦੋ ਸਵਾਰੀਆਂ ਵੱਧ ਬਿਠਾ ਲਓ, ਕੀ ਦੇਖਦੇ ਹੋ ਇਸ ਚੀਜ਼ ਨੂੰ? ਸਰ ਦਰਅਸਲ ਗਲਤ ਆ ਜੀ, ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੇ ਹਾਂ। ਜਿੰਨੇ ਸੀਟਰ ਸਾਨੂੰ ਪਾਸ ਆ ਸਾਡੀ ਗੱਡੀ, ਕਿਉਂਕਿ ਸਾਡੀਆਂ ਗੱਡੀਆਂ ਤਿੰਨ ਕੈਟਾਗਰੀਆਂ 'ਚ ਨੇ, ਅਸੀਂ ਉਹਨਾਂ ਸੀਟਾਂ ਦੇ ਮੁਤਾਬਕ ਹੀ ਆਪਣੀ ਸਵਾਰੀ ਲੈ ਕੇ ਜਾ ਰਹੇ ਹਾਂ ਜੀ, ਅਤੇ ਉਹਨਾਂ ਸੀਟਾਂ ਦੇ ਮੁਤਾਬਕ ਹੀ ਸਵਾਰੀ ਲੈ ਕੇ ਜਾਵਾਂਗੇ ਜੀ। ਬਿਲਕੁਲ ਜੀ, ਇਹਨਾਂ ਦਾ ਕਹਿਣਾ ਕਿ ਇੰਨੀ ਅਸੀਂ ਉਨੀਆਂ ਹੀ ਸਵਾਰੀਆਂ ਬਿਠਾਵਾਂਗੇ ਜਿੰਨੀ ਸੀਟਡ ਬੱਸ ਪਾਸ ਹੈ, ਕਿਉਂਕਿ ਮੰਤਰੀ ਸਾਹਿਬ ਦੇ ਬਿਆਨ ਤੋਂ ਬਾਅਦ ਹਰ ਇੱਕ ਦੇ ਦਿਲ ਦੇ ਵਿੱਚ ਡਰ ਹੈ, ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਡਰਾਈਵਰ ਜਾਂ ਕਨੈਕਟਰ ਦੀ ਆ। ਤੁਹਾਨੂੰ ਕੀ ਲੱਗਦਾ ਜੇਕਰ ਮਤਲਬ ਕਿ ਜਿਹੜੀਆਂ ਸਵਾਰੀਆਂ ਜਿਹੜੀਆਂ ਬੱਸਾਂ ਦੇ ਵਿੱਚ 52 ਸੀਟਾਂ ਹੀ ਭਰਨੀਆਂ ਸੀ ਤਾਂ ਜਿਹੜੀ ਬੱਸਾਂ ਦੀ ਗਿਣਤੀ ਵੀ ਵਧਾਉਣੀ ਚਾਹੀਦੀ ਸੀ? ਹਾਂਜੀ, ਗਿਣਤੀ ਵਧਾਉਣੀ ਚਾਹੀਦੀ ਹੈ ਜੀ, ਤਾਂ ਹੀ ਸਵਾਰੀਆਂ ਦਾ ਮਤਲਬ ਕਿ ਜਾਣਗੇ ਜੀ। ਬਿਲਕੁਲ ਜੀ, ਜਿਹੜੀ ਇੱਕ ਤੁਹਾਨੂੰ ਜਿਹੜੀਆਂ ਤਸਵੀਰਾਂ ਦੁਬਾਰਾ ਤੋਂ ਅਸੀਂ ਫਿਰ ਦਿਖਾ ਰਹੇ ਹਾਂ ਕਿ ਬੱਸ ਸਟੈਂਡ ਦੇ ਉੱਤੇ ਜਿਹੜਾ ਪੂਰਾ ਰਸ ਹੈ, ਬੱਸਾਂ 52 ਸਵਾਰੀਆਂ ਲੈ ਕੇ ਜਾ ਰਹੀਆਂ ਨੇ, ਲੋਕ ਵੇਟ ਕਰ ਰਹੇ ਨੇ, ਪਰ ਹਾਲਾਤ ਇੱਦਾਂ ਦੇ ਬਣੇ ਹੋਏ ਨੇ ਕਿ ਜਿਹੜੇ ਕਾਨੂੰਨ ਲਾਗੂ ਤਾਂ ਕਰ ਦਿੱਤੇ ਕਿ ਉਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਉਹਦਾ ਸੰਵਿਧਾਨ ਕੀ ਸੀ, ਉਹਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਸੀ, ਉਸ 'ਤੇ ਕੋਈ ਗੱਲਬਾਤ ਨਹੀਂ ਕੀਤੀ ਗਈ, ਨਾ ਕਿਸੇ ਅਧਿਕਾਰੀ ਦਾ ਮੇਰੇ ਖਿਆਲ 'ਚ ਬੰਦ ਕਮਰੇ ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ। ਜੇਕਰ ਤੁਸੀਂ 52 ਸੀਟਾਂ ਦਾ ਕਾਨੂੰਨ ਪਾਸ ਕਰਨਾ ਸੀ ਤਾਂ ਇਹ ਵੀ ਜ਼ਰੂਰੀ ਸੀ ਕਿ ਬੱਸਾਂ ਦੀ ਜਿਹੜੀ ਭਾਵੇਂ ਰੋਡਵੇਜ਼ ਦੀਆਂ ਬੱਸਾਂ ਹੋਣ, ਭਾਵੇਂ PRTC ਦੀਆਂ ਬੱਸਾਂ ਹੋਣ, ਭਾਵੇਂ ਪਨਬੱਸ ਦੀਆਂ ਬੱਸਾਂ ਹੋਣ, ਕਿ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਬੱਸਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਵਧਾਈ ਜਾਣੀ ਸੀ, ਪਰ ਜਿਹੜੀਆਂ ਬੱਸਾਂ ਨੇ ਉਹ 52 ਸੀਟਡ ਬੱਸਾਂ ਨੇ, 52 ਸਵਾਰੀਆਂ ਹੀ ਲੈ ਕੇ ਜਾ ਰਹੀਆਂ ਨੇ। ਇਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਸਾਡਾ ਜਿਹੜਾ ਕਾਨੂੰਨ ਹੈ ਉਸ ਕਾਨੂੰਨ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ, ਜਾਂ ਟਰਾਂਸਪੋਰਟ ਮੰਤਰੀ ਨੇ ਜਿਹੜੇ ਉਹ ਖੁਦ ਬਿਆਨ ਨਹੀਂ ਦਿੰਦੇ ਕਿ ਤੁਸੀਂ ਵੱਧ ਸਵਾਰੀਆਂ ਬਿਠਾ ਸਕਦੇ ਹੋ, ਉਨਾ ਚਿਰ ਅਸੀਂ ਬਿਲਕੁਲ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਵਾਂਗੇ। ਕੈਮਰਾ ਪਰਸਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ, PTC ਨਿਊਜ਼, ਸੰਗਰੂਰ।